ਸਤਿ ਸ਼੍ਰੀ ਅਕਾਲ ਭੈਣੋ, ਆਓ ਆਪਾਂ ਅੱਜ ਆਪਣੇ ਗਾਰਡਨ ਦਾ ਸਾਗ ਤੋੜ ਕੇ ਸਾਗ ਦੀ ਰੈਸਪੀ ਬਣਾਈਏ। ਆਓ ਤੁਹਾਨੂੰ ਵਿਖਾਈਏ ਆਪਣੇ ਗਾਰਡਨ ਦਾ ਸਾਗ। ਲਓ ਜੀ ਆਹ ਭੈਣੋ ਆਪਣਾ ਗਾਰਡਨ ਦਾ ਤੋੜਿਆ ਹੋਇਆ ਸਰਸੋਂ ਦਾ ਸਾਗ। ਆਹ ਵੇਖੋ ਜੀ ਕਿੱਡੇ ਲਵੇ ਲਵੇ ਸਾਗ। ਆਹ ਜੀ ਆਪਣਾ ਬਾਥੂ। ਆਹ ਜੀ ਆਪਣੇ ਗਾਰਡਨ ਦੀਆਂ ਤੋੜੀਆਂ ਹੋਈਆਂ ਮੂਲੀਆਂ। ਆਹ ਜੀ ਆਪਣੇ ਗਾਰਡਨ ਦੀ ਤੋੜੀ ਹੋਈ ਪਾਲਕ। ਆਓ ਭੈਣੋ ਹੁਣ ਆਪਾਂ ਰੈਸਪੀ ਸਟਾਰਟ ਕਰੀਏ। ਹੁਣ ਤੁਹਾਨੂੰ ਅਸੀਂ ਸਾਗ ਨੂੰ ਚੀਰ ਕੇ ਫਿਰ ਵਿਖਾਉਂਦੇ ਹਾਂ। ਆਹ ਲਓ ਜੀ ਭੈਣੋ, ਆਪਾਂ ਜਿਹੜਾ ਸਾਗ ਆਪਣੇ ਗਾਰਡਨ 'ਚ ਤੋੜਿਆ ਸੀ ਇਹਦੇ ਵਿੱਚ ਆਪਾਂ ਸਾਰੇ ਨੂੰ ਕੱਟ ਲਿਆ। ਇਹਦੇ ਵਿੱਚ ਹੈਗਾ ਜੀ ਆਪਣਾ ਸਰ੍ਹੋਂ ਦਾ ਸਾਗ, ਇੱਕ ਗੁੱਟੀ ਬਾਥੂ ਦੀ ਆ ਜੀ, ਇੱਕ ਛਾਬਾ ਆਪਣੇ ਪਾਲਕ ਦਾ ਜੀ, ਅਤੇ ਇੱਕ ਛਾਬਾ ਹੀ ਆਪਣਾ ਸਰ੍ਹੋਂ ਦਾ। ਇਹਨਾਂ ਨੂੰ ਚੀਰ ਕੇ ਆਪਾਂ ਸਾਰਿਆਂ ਨੂੰ ਕੱਟ ਲਿਆ, ਧੋ ਲਿਆ ਸਵਾਰ ਕੇ। ਹੁਣ ਆਪਾਂ ਆਹ ਜੀ ਚੁੱਲ੍ਹੇ 'ਤੇ ਧਰ ਲਿਆ ਆਪਣਾ ਪਤੀਲਾ, ਆਪਣਾ ਪਤੀਲਾ, ਅਤੇ ਆਪਾਂ ਹੁਣ ਜੀ ਸਾਗ ਨੂੰ ਰਿੰਨਾਂਗੇ। ਰਿੰਨ ਕੇ ਤੁਹਾਨੂੰ ਸਾਗ ਵਿਖਾਵਾਂਗੇ, ਫਿਰ ਉਸ ਤੋਂ ਬਾਅਦ ਆਪਾਂ ਜੀ ਲਾਵਾਂਗੇ ਤੜਕਾ। ਆਹ ਲਓ ਭੈਣੋ ਆਪਣਾ ਸਾਗ ਰਿੱਝ ਕੇ ਬਿਲਕੁਲ ਤਿਆਰ ਆ। ਹੁਣ ਆਪਾਂ ਇਹਨੂੰ ਘੋਟ ਕੇ ਅਤੇ ਤੜਕਾ ਲਾਉਣ ਲੱਗੇ, ਤੁਹਾਨੂੰ ਵਿਖਾਉਂਦੇ ਹਾਂ ਕਿਸ ਤਰ੍ਹਾਂ ਤੜਕਾ ਲੱਗਦਾ ਸਰਸੋਂ ਦੇ ਸਾਗ ਨੂੰ। ਆਹ ਲਓ ਭੈਣੋ ਆਪਣਾ ਸਾਗ ਬਿਲਕੁਲ ਘੋਟ ਕੇ ਬਿਲਕੁਲ ਤਿਆਰ ਆ ਤੜਕਾ ਲਾਉਣ ਵਾਸਤੇ। ਆਹ ਜੀ ਆਪਣੇ ਤੜਕੇ ਦਾ ਸਮਾਨ। ਆਹ ਜੀ ਆਪਣਾ ਥੋੜ੍ਹਾ ਜਿਹਾ ਲਸਣ ਚੀਰਿਆ ਹੋਇਆ, ਥੋੜ੍ਹਾ ਜਿਹਾ ਧਨੀਆ, ਦੋ ਪਿਆਜ਼ ਕੱਟੇ ਹੋਏ, ਥੋੜ੍ਹਾ ਜਿਹਾ ਅਦਕਰ ਕੱਟਿਆ ਹੋਇਆ, ਥੋੜ੍ਹਾ ਜਿਹਾ ਹਰੀ ਮਿਰਚ। ਆਹ ਜੀ ਦੋ ਟਮਾਟਰ ਕੱਟੇ ਹੋਏ। ਹੁਣ ਆਪਾਂ ਤੜਕਾ ਲਾਉਣ ਦੀ ਤਿਆਰੀ ਕਰਾਂਗੇ। ਆਹ ਲਓ ਜੀ ਆਪਣਾ ਹੁਣ ਤੇਲ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਭੈਣੋ ਆਪਣੇ ਜਿਹੜੇ ਕੱਟੇ ਹੋਏ ਸਬਜ਼ੀਆਂ, ਜਿਵੇਂ ਕਿ ਹੁਣ ਆਪਣਾ ਹਰਾ ਲਸਣ ਹੋਇਆ। ਆਹ ਲਓ ਜੀ ਆਪਣਾ ਹੁਣ ਪਿਆਜ਼ ਅਤੇ ਲਸਣ ਬਿਲਕੁਲ ਭੁੰਨ ਕੇ ਤਿਆਰ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਜਿਹੜੇ ਕੱਟੇ ਹੋਏ ਟਮਾਟਰ। ਲਓ ਜੀ ਆਪਣਾ ਤੜਕਾ ਬਿਲਕੁਲ ਤਿਆਰ ਹੈ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ, ਟਮਾਟਰ ਵੀ ਬਿਲਕੁਲ ਫਰਾਈ ਹੋ ਗਏ ਆ। ਮਸਾਲੇ ਵਿੱਚ ਆਪਾਂ ਪਾਵਾਂਗੇ ਜੀ ਨਮਕ ਸਵਾਦ ਅਨੁਸਾਰ, ਇੱਕ ਚਮਚਾ ਮਿਰਚ ਪਾਊਡਰ ਜੀ, ਦੋ ਚੂੰਡੀਆਂ ਹਲਦੀ ਦੀਆਂ ਪਾਵਾਂਗੇ ਜੀ। ਇਸ ਤੋਂ ਵੱਧ ਨਹੀਂ ਆਪਾਂ ਹਲਦੀ ਦਾ ਪਾਉਣਾ ਕਿਉਂਕਿ ਆਪਣਾ ਸਾਗ ਫਿਰ ਕੌੜਾ ਹੋ ਜੂਗਾ। ਹੁਣ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜਾ ਆਪਣਾ ਸਾਗ ਬਣਿਆ ਹੋਇਆ ਉਹਨੂੰ ਆਪਾਂ ਇਹਦੇ ਵਿੱਚ ਪਾ ਕੇ ਸਵਾਰ ਕੇ ਭੁੰਨਾਂਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਆਪਣਾ ਮਸਾਲਾ ਵੀ ਬਿਲਕੁਲ ਫਰਾਈ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਸਾਗ ਘੋਟਿਆ ਵਾ ਸੀ ਭੈਣ ਉਹ ਪਾਵਾਂਗੇ। ਆਹ ਵੇਖੋ ਜੀ ਆਪਣਾ ਸਾਗ ਘੋਟਿਆ ਹੋਇਆ। ਇਹ ਭੈਣ ਜਦੋਂ ਆਪਾਂ ਸਾਗ ਨੂੰ ਰਿੰਨਣ ਲੱਗੇ ਹਾਂ ਉਦੋਂ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਅਦਕਰ ਪੀਸਿਆ ਹੋਇਆ, ਤਿੰਨ ਸਾਬਤੀਆਂ ਸੁੱਕੀਆਂ ਲਾਲ ਮਿਰਚਾਂ ਪੀਸ ਕੇ ਪਾਈਆਂ, ਹੋਰ ਕੁਛ ਨਹੀਂ ਪਾਇਆ ਗਾ ਆਪਾਂ ਨੂੰ, ਚੰਗੀ ਤਰ੍ਹਾਂ ਰਿੰਨ ਲਿਆ ਗਾ। ਰਿੰਨ ਕੇ ਆਪਾਂ ਘੋਟ ਲਿਆ। ਹੁਣ ਆਪਾਂ ਇਹਨੂੰ ਮਸਾਲੇ ਵਿੱਚ ਪਾਵਾਂਗੇ ਤੜਕਾ ਜਿਹੜਾ ਆਪਾਂ ਭੁੰਨਿਆ, ਆਓ ਆਪਾਂ ਤੜਕੇ ਵਿੱਚ ਪਾਈਏ। ਆਲੂ ਭੈਣੋ ਆਪਣਾ ਸਾਗ ਬਿਲਕੁਲ ਤਿਆਰ ਹੈ ਜੀ, ਤੜਕਾ ਵੀ ਲੱਗ ਗਿਆ, ਵੇਖੋ ਕਿੱਡਾ ਵਧੀਆ ਬਣਿਆ। ਮੇਰੇ ਕਹਿਣ 'ਤੇ ਭੈਣੋ ਇੱਕ ਵਾਰ ਸਰਸੋਂ ਦਾ ਸਾਗ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਜ਼ਰੂਰ ਬਣਾਇਓ। ਇਹਦੇ ਵਿੱਚ ਨਾ ਤਾਂ ਭੈਣੇ ਆਪਾਂ ਕੋਈ ਗਰਮ ਮਸਾਲਾ ਪਾਉਣਾ, ਨਾ ਆਪਾਂ ਕੋਈ ਜੀਰੇ ਦਾ ਤੜਕਾ ਲਾਉਣਾ, ਕੁਛ ਨਹੀਂ ਪਾਉਣਾ, ਸਿੰਪਲ ਤਰੀਕੇ ਨਾਲ ਬਣਾਵਾਂਗੇ ਅਤੇ ਟੇਸਟ ਵਿੱਚ ਲਾਜਵਾਬ ਆ। ਮੇਰੇ ਕਹਿਣ 'ਤੇ ਇੱਕ ਵਾਰ ਜ਼ਰੂਰ ਆਪਣੇ ਘਰ ਵਿੱਚ ਟਰਾਈ ਕਰੋ ਅਤੇ ਇਸ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭੈਣੋ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਮਿਲਦੀ ਰਹੇ। ਮੇਰਾ ਕੰਮ ਆ ਤੁਹਾਨੂੰ ਸੌਖਾ ਖਾਣਾ ਸਿਖਾਉਣਾ ਸਿੰਪਲ ਤਰੀਕੇ ਨਾਲ। ਇਸ ਚੈਨਲ ਨੂੰ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਭੈਣੋ। ਆਓ ਹੁਣ ਆਪਾਂ ਸਾਗ ਦੇ ਉੱਤੋਂ ਦੀ ਥੋੜ੍ਹਾ ਜਿਹਾ ਆਪਾਂ ਆਮਚੂਰ ਦਾ ਪਾਊਡਰ ਪਾਵਾਂਗੇ ਤਾਂ ਕਿ ਟੇਸਟ ਵਿੱਚ ਲਾਜਵਾਬ ਹੋ ਜਾਵੇ। ਲਓ ਜੀ ਹੁਣ ਆਪਣਾ ਸਾਗ ਬਿਲਕੁਲ ਰੈਡੀ ਆ। ਹੁਣ ਆਪਾਂ ਇਹਦੇ ਉੱਤੋਂ ਦੀ ਧਨੀਆ ਸਰਵ ਕਰਾਂਗੇ। ਆਹ ਲਓ ਭੈਣੋ ਆਪਣਾ ਸਾਗ ਬਿਲਕੁਲ ਰੈਡੀ ਆ। ਆਓ ਭੈਣੋ ਹੁਣ ਆਪਾਂ ਆਪਣਾ ਸਾਗ ਸਰਵਿੰਗ ਬੋਲ ਵਿੱਚ ਪਾ ਕੇ ਪਰੋਸੀਏ। ਆਹ ਲਓ ਜੀ ਆਪਣਾ ਹੁਣ ਸਾਗ ਸਰਵਿੰਗ ਬੋਲ ਵਿੱਚ ਪਾ ਕੇ ਬਿਲਕੁਲ ਭੈਣੋ ਰੈਡੀ ਆ। ਹੁਣ ਇਹਦੇ ਵਿੱਚ ਆਪਾਂ ਆਪਣਾ ਪਾਵਾਂਗੇ ਮੱਖਣ, ਨਾਲ ਜੀ ਰੱਖਾਂਗੇ ਆਪਣੀਆਂ ਮੂਲੀਆਂ ਕੱਟੀਆਂ ਹੋਈਆਂ।
लो भैनों, अपना साग बिल्कुल रेडी है। इनू अपने घर में एक बार जरूर ट्राई करो, तो इस चैनल में वेखन वास्ते सबसक्राइब जरूर करो। थैंक यू भैनों, अगली वीडियो में मिलते हैं।